कुछ पा दिया सुन रहे हो जी तुसी मेरी यानी संदीप कौर दे नाल। दोस्तों कहंदे ने कि इतिहास अजिहे लोक बनांदे ने जो समाज तो लैंदे घट ने ते मोड़दे ज्यादा ने, और भारत दे विच पंजाब च और पूरी दुनिया दे विच ऐसे जनूनी लोक जिन्हां दे उपराले नूं सब दे सामने लियांदा जावे। रेडियो मिर्ची की कोशिश रहिंदी है जी कि तुहाडे असी रूबरू करदे रहिए अजिहियां शख्सियतां नूं। ते अज अज साडे विचकार जो शख्सियत मौजूद है दोस्तों, उन्हां दे बारे मैं दस्सां कि पंजाब दे मानसा जिले दे पिंड समाऊ तो उठे पाली ने भी शायद कदे सोचिया नहीं सी कि एक दिन पंजाबियां दे व्याहां दी शान बन जाणगे। पाल सिंह समाऊ जी अपनी आवाज अपने अंदाज दे नाल दुनिया दे विच इक वखरा मुकाम पा चुके ने। पंजाबी विरसे नूं दिल च समाई बैठा पाल सिंह समाऊ पंजाबी लोक गीत लोक बोलियां नूं सुरजीत रखण दी कोशिश करदा आ रिहा। नौजवानां नूं बोलियां गिद्धा विरसे दे नाल जोड़न दे विच वी अपना विलखण योगदान पाउंदे आ रहे ने। तो सब तो पहला ते पाल सिंह समाऊ जी रेडियो मिर्ची 13:10 दे वल्लों तुहानूं जी आयां नूं कहिंदे आ सति श्री अकाल। सति श्री अकाल जी, मेरे वल्लों भी तुहाडा बहुत बहुत धन्नवाद। नवा साल 2021 नूं जी आयां आखदे आं ते जिन्ने भी स्रोते सानूं सुन रहे ने रेडियो मिर्ची दे राहीं, सो उहनां दे लई अरदास करदे आं कि वाहिगुरू ਉਹਨਾਂ ਦੇ ਲਈ ਬਹੁਤ ਸਾਰੀਆਂ ਖੁਸ਼ੀਆਂ ਖੇੜੇ 2021 ਉਹਨਾਂ ਦੀ ਦਲਹੇਜ ਤੇ ਇਹਨਾਂ ਖੁਸ਼ੀਆਂ ਦੀ ਆਮਦ ਸਦਾ ਕਾਇਮ ਰਹੇ ਜੀ। ਬਿਲਕੁਲ ਜੀ, ਸੋ ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਸੋ ਇਹ ਵਾਰ ਤੁਹਾਡੇ ਲਈ ਵੀ ਬਹੁਤ ਸਾਰੀਆਂ ਖੁਸ਼ੀਆਂ ਖੇੜੇ ਲੈ ਕੇ ਆਵੇ। ਅੱਛਾ ਜੀ, ਤਾਂ ਇਸ ਸਾਲ ਜਿਹੜਾ ਹੈ ਨਾ, ਮਤਲਬ ਬੜਾ ਹੀ ਖਾਸ ਸਭ ਦੇ ਲਈ ਇਹ ਹੁੰਦਾ ਕਿ ਵੀ ਇਹ ਸਾਲ ਬਹੁਤ ਵਧੀਆ ਰਹੇ, ਬਹੁਤ ਸੋਹਣਾ ਰਹੇ, ਔਰ ਇਹ ਸਾਲ ਇੱਕ ਵੱਖਰੇ ਅੰਦਾਜ਼ ਦੇ ਵਿੱਚ ਅਸੀਂ ਵੀ ਸ਼ੁਰੂ ਕਰ ਰਹੇ ਹਾਂ ਤੁਹਾਡੇ ਨਾਲ ਲੋਕ ਬੋਲੀਆਂ ਲੋਕ ਵਿਰਸੇ ਦੇ ਨਾਲ। ਤੁਸੀਂ ਬਹੁਤ ਲੰਮੇ ਸਮੇਂ ਤੋਂ ਜੁੜੇ ਹੋਏ ਹੋ, ਕਿੱਦਾਂ ਇਹ ਮਨ ਦੇ ਵਿੱਚ ਖਿਆਲ ਕਿੱਦਾਂ ਆਇਆ ਜਾਂ ਅਸੀਂ ਕਹਿ ਲਈਏ ਕਿ ਉਹ ਜਾਗ ਕਿਹਨੇ ਲਾਈ ਸੀ ਤੁਹਾਨੂੰ ਕਿ ਇਸ ਪੇਸ਼ੇ ਦੇ ਵੱਲ ਕਿ ਤੁਸੀਂ ਇਹ ਵਿਰਸੇ ਦੇ ਨਾਲ ਜੁੜਨਾ ਹੈ ਤੇ ਲੋਕਾਂ ਨੂੰ ਵੀ ਜੋੜਨਾ ਹੈ ਜੀ? ਦੇਖੋ, ਜਦੋਂ ਵੀ ਬੱਚਾ ਜਨਮ ਲੈਂਦਾ ਤਾਂ ਉਹਦੇ ਉੱਤੇ ਉਹਦੇ ਆਪਣੇ ਪਰਿਵਾਰ ਦਾ ਤੇ ਉਹਦੇ ਚਗਿਰਦੇ ਦਾ ਜਿਹੜਾ ਪ੍ਰਭਾਵ ਆ ਉਹ ਪੈਣਾ ਸੁਭਾਵਿਕ ਹੁੰਦਾ ਜੀ। ਬਠਿੰਡਾ ਮਾਨਸਾ ਸੰਗਰੂਰ ਇਹਨਾਂ ਜ਼ਿਲ੍ਹਿਆਂ ਦੇ ਵਿਚਕਾਰ ਮੈਂ ਜ਼ਿਲ੍ਹਾ ਮਾਨਸਾ ਦੇ ਵਿੱਚ ਬੈਠਾ ਹੋਇਆ ਤੇ ਮੇਰਾ ਆਪਣਾ ਪਿੰਡ ਸਮਾਓ ਜਿਹੜਾ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ, ਜਿਸ ਦੇ ਵਿੱਚ ਦੁਨੀਆਂ ਦੇ ਵਿੱਚ ਬਹੁਤ ਵੱਡਾ ਨਾਮ ਆ ਸੁੱਚਾ ਸਿੰਘ ਸੂਰਮਾ ਦੇ ਨਾਲ ਬਹੁਤ ਸਾਰੀਆਂ ਫਿਲਮਾਂ ਬਣੀਆਂ, ਬਹੁਤ ਸਾਰੇ ਗਾਇਕਾਂ ਨੇ ਉਹਨਾਂ ਦੀਆਂ ਗਾਥਾਵਾਂ ਨੂੰ ਗਾਇਆ ਤੇ ਮੇਰੇ ਪਿੰਡ ਸਮਾਉਣ ਦੇ ਵਿੱਚ ਪੰਜਾਬੀ ਸੱਭਿਆਚਾਰ ਦਾ ਜਿਹੜਾ ਬੋਲਬਾਲਾ ਗਾ ਉਹ ਬੜੇ ਲੰਬੇ ਸਮੇਂ ਤੋਂ ਰਿਹਾ। ਸੋ ਪਿੰਡ ਦਾ ਪ੍ਰਭਾਵ, ਪਿੰਡ ਦੇ ਲੋਕ ਧਾਰਾ ਦਾ ਪ੍ਰਭਾਵ, ਪਿੰਡ ਦੇ ਪਹਿਰਾਵੇ ਦਾ, ਲੋਕਾਂ ਦੇ ਰਹਿਣ ਸਹਿਣ ਦਾ, ਗਾਉਣ ਦਾ, ਨੱਚਣ ਦਾ, ਉਹ ਮੇਰੇ ਉੱਤੇ ਬਖੂਬੀ ਮੇਰੇ ਜੀਵਨ ਦੇ ਉੱਤੇ ਰਿਹਾ। ਪਰਿਵਾਰ ਵੱਡਾ ਹੋਣ ਕਰਕੇ ਪਰਿਵਾਰ ਦੇ ਵਿੱਚ ਤੀਆਂ ਤ੍ਰਿੰਝਣਾ ਗਿੱਧੇ ਉਹ ਅਕਸਰ ਪਹਿਨਦੇ ਸੀ ਤੇ ਇਸ ਕਰਕੇ ਵੀ ਮੈਨੂੰ ਪਰਿਵਾਰ ਦੇ ਵਿੱਚੋਂ ਇਹ ਗੁੜ੍ਹਤੀ ਮਿਲੀ ਜਿਸ ਨੂੰ ਮੈਂ ਅਪਣਾ ਕੇ ਆਪਣੇ ਉਸ ਪੰਜਾਬੀ ਸੱਭਿਆਚਾਰ ਨੂੰ ਤੇ ਆਪਣੇ ਪੰਜਾਬੀ ਲੋਕ ਨਾਚਾਂ ਨੂੰ, ਲੋਕ ਬੋਲੀਆਂ ਨੂੰ, ਲੋਕ ਗੀਤਾਂ ਨੂੰ ਮੈਂ ਗਰਾਊਂਡ ਪੱਧਰ ਤੋਂ ਲੈ ਕੇ ਯੂਨੀਵਰਸਿਟੀ ਦੀਆਂ ਸਟੇਜਾਂ ਤੋਂ ਲੈ ਕੇ ਵਿਦੇਸ਼ਾਂ ਤੱਕ ਦੁਬਾਰਾ ਫੇਰ ਉਹਨੇ ਪੀੜਾਂ ਤੱਕ ਸੁਰਜੀਤ ਕਰਨ ਦੇ ਵਿੱਚ ਲੱਗਿਆ ਹੋਇਆ ਜੀ। ਕਿਆ ਬਾਤ ਹੈ ਜੀ। ਪਾਲ ਜੀ, ਸੋ ਇਸ ਤੋਂ ਪਹਿਲਾਂ ਕਿ ਮੈਂ ਅਗਲਾ ਸਵਾਲ ਪੁੱਛਾਂ, ਸਾਡੇ ਸਰੋਤੇ ਉਡੀਕ ਕਰ ਰਹੇ ਹੋਣੇ ਕਿ ਪਾਲ ਜੀ ਜੋ ਕਿ ਬੋਲੀਆਂ ਨੂੰ ਕਦੇ ਟੁੱਟਣ ਨਹੀਂ ਦਿੰਦੇ ਤੇ ਅੱਜ ਮਤਲਬ ਰੁਕਣ ਨਹੀਂ ਦਿੰਦੇ ਤੇ ਫਿਰ ਅੱਜ ਬੋਲੀਆਂ ਬਹੁਤ ਸਾਰੀਆਂ ਸੁਣਨੀਆਂ ਨੇ ਤੇ ਸ਼ੁਰੂਆਤ ਹੋ ਜਾਏ ਕਿਸੇ ਫਿਰ ਬੋਲੀ ਦੇ ਨਾਲ ਜੀ। ਬਿਲਕੁਲ ਜੀ, ਬਿਲਕੁਲ, ਮੈਂ ਜ਼ਰੂਰ ਬੋਲੀਆਂ ਪਾਵਾਂਗਾ। ਬਹੁਤ ਸਾਰੀਆਂ ਬੋਲੀਆਂ ਨੇ ਹਨਾ, ਬੋਲੀਆਂ ਦੀ ਕੋਈ ਗਿਣਤੀ ਨਹੀਂ, ਕੋਈ ਅੰਦਾਜ਼ਾ ਨਹੀਂ, ਕਿਉਂਕਿ ਜਿਸ ਖੇਤਰ ਦੇ ਵਿੱਚ ਬੰਦਾ ਚਲਾ ਜਾਂਦਾ ਤਾਂ ਆਪ ਮੁਹਾਰੇ ਹੈ ਨਾ ਉਹਦੀ ਜ਼ਬਾਨ ਦੇ ਉੱਤੇ ਉਹ ਲੋਕ ਬੋਲੀਆਂ, ਉਹ ਲੋਕ ਗੀਤ, ਉਹ ਅਲਫਾਜ਼, ਉਹ ਪੰਜਾਬੀ ਮਾਂ ਦੇ ਸ਼ਬਦ ਆਪ ਮੁਹਾਰੇ ਉੱਗਰਦੇ ਨੇ। ਸੋ ਆਪਾਂ ਬੋਲੀਆਂ ਦੀ ਸ਼ੁਰੂਆਤ ਆਪਾਂ ਮੈਂ ਜ਼ਰੂਰ ਕਰਨ ਲੱਗ ਚੱਲਿਆ। ਸੱਗੀ ਨਾ ਪੈਨੀ ਹੀਰੇ ਜੱਟੀ ਬਣ ਜਾਏਗੀ, ਸੱਗੀ ਨਾ ਪੈਨੀ ਹੀਰੇ ਜੱਟੀ ਬਣ ਜਾਏਗੀ, ਫੁੱਲੀਆਂ ਤੂੰ ਪੈਣ ਜਿਹੜਾ ਜੱਗ ਵਰਤਾਰਾ, ਰੁੱਸੀ ਜਾਂਦੀ ਹੀਰ ਵੇ ਮਨਾਲ ਥਾਣੇਦਾਰਾ, ਰੁੱਸੀ ਜਾਂਦੀ ਹੀਰ ਵੇ ਮਨਾਲ ਥਾਣੇਦਾਰਾ, ਲੱਠਾ ਲੈਣਾ ਕੱਠਾ ਨੀ ਮੈਂ ਸ਼ੀਂਟ ਲੈਣੀ ਪਾੜ ਕੇ, ਲੱਠਾ ਲੈਣਾ ਕੱਠਾ ਨੀ ਮੈਂ ਛੀਂਟ ਲੈਣੀ ਪਾੜ ਕੇ, ਮੋਢੇ ਸਿੱਟੇ ਪੂਰੀ ਵੇ ਸਕੀਨੀ ਲਾਵੇਂ ਤਾੜ ਕੇ, ਮੋਢੇ ਸਿੱਟੇ ਪੂਰੀ ਵੇ ਸਕੀਨੀ ਲਾਵੇਂ ਤਾੜ ਕੇ,
जे मुंडे आ तू मैनू नची दी वेखना, जे मुंडे आवे मैनू नची दी वेखना, सूट समा दे घेरेदार मुंडे आ, तेरे दारी तो लंगूंगी अड्डी मार मुंडे आ, तेरे दारी तो लंगूंगी अड्डी मार मुंडे आ। हो बेहरिया मूंगरिया, हां बेहरिया मूंगरिया, तेनू तड़का तेल दा, तड़का तेल दा, तड़का तेल दा लावा बेहरिया मूंगरिया, हां बेहरिया मूंगरिया, हो बेहरिया मूंगरिया, हां नी पुत सरदारां दे, हो नी पुत सरदारां दे, जेड़े तड़के बिना ना, तड़के बिना ना, तड़के बिना ना खांदे नी पुत सरदारां दे, हो नी पुत सरदारां दे, हां नी पुत सरदारां दे, हो नी पुत सरदारां दे, जिस गया नौकरी दे और गया चौकरी, दिस गया नौकरी दे और गया चौकरी, हाए मैं मर गई शाम तू क्यों गया वे लाहौर नू, हाए मैं मर गई शाम तू क्यों गया वे लाहौर नू। जेठ लाया लड्डू ए दे और लाया पेड़े, जेठ लाया लड्डू ए दे और लाया पेड़े, हाए मैं मर गई शाम तू क्यों लै बे कचौरियां, हाए मैं मर गई शाम तू क्यों लै बे कचौरियां। जठानी खावे लड्डू ए दरानी खावे पेड़े, जठानी खावे लड्डू ए दरानी खावे पेड़े, हाए मैं मर गई शाम कालजे नू लगियां कचौरियां, हाए मैं मर गई शाम कालजे नू लगियां कचौरियां, हाए मैं मर गई शाम कालजे नू लगियां कचौरियां। सोहनी जी भगवान दा मुंडिया, सोहनी जी भगवान दा मुंडिया, सूटा नाल मिला के वे पांत पांत दे पौने कपड़े, पांत पांत दे पौने कपड़े, पौनी वार कवा के भी तू मेरे मन लगया, तुरदा हुलारा खा के भी तू मेरे मन लगया, तुरदा हुलारा खा के भी तू मेरे मन लगया। क्या बात है जी, क्या बात है जी। मैं ना हुण इमेजिन कर रही सी वाकई तुहानू कि जिस तरीके दे नाल जदों तुसी बोलियां पाउंदे हो ते लोक बिल्कुल उहनां दे पैर जिहड़े ने मल्लो मल्ली नचण लग पैंदे ने, और तुसी सारियां नू नचा देंदे हो अपनियां बोलियां दे नाल, रंग बन देंदे हो। सो ओ बिल्कुल पहरावा, ओ साज जिहड़े जदों तुसी वजाउंदे हो नाल नाल, ते बोलियां तुहाडे साथी, बड़ा वधिया लगदा, बहुत सोहना लगदा। साडे पंजाब दा रंग जिहड़ा ना सानू मुड़ दुबारा तो देखण नू मिल रहा है, एक बड़ी विलक्षण चीज है। असीं इक होर नवी चीज जिहड़ी है इह वी देख रहे हां कि इस बार जिवें नवां साल वखरे अंदाज से मना रहे हैं ना, हर कोई ज्यादातर किसानां दे नाल भी रल के इस साल नू सैलीब्रेट कर रहा। तुसीं भी जी मोदी जी सरकार ते काफी बोलियां बनाईयां ने जिन्हां नू बड़ा पसंद कीता जा रहा है, ते कुछ बोलियां दा ओह वी अंदाज हो जाए जी। हाँ जी बिल्कुल। मैं बोलियां पाउण तो पहला मैं थोड़ा जा है ना इहदे बारे चानना पा देवां, क्योंकि असीं पंजाबी हुन्ने आ, जिहड़ा पंजाब दा साहित है, पंजाब दी लोक धारा गी, ਉਹ ਅਕਸਰ ਸਮੇਂ ਦੇ ਅਨੁਸਾਰ ਉਹਦੇ ਵਿੱਚ ਤਬਦੀਲੀਆਂ ਪਰਿਵਰਤਨ ਆਉਂਦੇ ਰਹਿੰਦੇ ਨੇ। ਜਦੋਂ ਵੀ ਪੰਜਾਬ ਦੇ ਉੱਤੇ ਕੋਈ ਬਹੁਤ ਵੱਡਾ ਘਟਨਾਕ੍ਰਮ ਹੁੰਦਾ ਗਾ ਜਾਂ ਕੋਈ ਵੀ ਇਤਿਹਾਸ ਪਲਟਾ ਮਾਰਦਾ ਗਾ, ਤਾਂ ਉਦੋਂ ਸਾਡੇ ਪੰਜਾਬ ਦੇ ਜਿਹੜਾ ਸਾਹਿਤ ਆ ਪੰਜਾਬ ਦਾ, ਕਿਉਂਕਿ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਸਾਹਿਤ ਆ ਜਿਹੜਾ ਉਹ ਪੰਜਾਬ ਤੇ ਪੰਜਾਬੀ ਮਾਂ ਬੋਲੀ ਵਿੱਚ ਲਿਖਿਆ ਗਿਆ ਤੇ ਲਿਖਿਆ ਜਾ ਰਿਹਾ। ਜੀ ਤਾਂ ਦੇਖੋ 2020 ਇੱਕ ਬਹੁਤ ਵੱਡੀ ਘਟਨਾ ਲੈ ਕੇ ਆਇਆ। ਪਹਿਲਾਂ ਕੋਰੋਨਾ ਦੇ ਵਿੱਚ ਅਸੀਂ ਗੁਜ਼ਰੇ, ਉਸ ਤੋਂ ਬਾਅਦ ਜੋ ਕਿਸਾਨ ਅੰਦੋਲਨ ਆ, ਜੋ ਵਿਸ਼ਵ ਦਾ ਬਹੁਤ ਵੱਡਾ ਤੇ ਬਹੁਤ ਵਿਲੱਖਣ ਤੇ ਬੜਾ ਵੱਖਰਾ ਅੰਦੋਲਨ ਹੋਇਆ ਸ਼ਾਂਤਮਈ ਢੰਗ ਦੇ ਨਾਲ, ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਆਪਣੀ ਆਵਾਜ਼ ਨੂੰ ਬੁਲੰਦ ਕਰ ਰਹੇ ਨੇ, ਉਹ ਪੰਜਾਬੀਆਂ ਦੀ ਉਸ ਅਣਖ ਨੂੰ ਉਹਨਾਂ ਨੇ ਜਗਾਇਆ। ਤੇ ਜਦੋਂ ਇਹੋ ਜਿਹੀਆਂ ਸਰਕਾਰਾਂ ਆਪਣੇ ਘਟੀਆ ਕਰਮ ਕਰਕੇ ਜਾਂ ਆਪਣੇ ਭੈੜੇ ਵਤੀਰੇ ਕਰਕੇ ਕਿਸ ਦੇ ਹੱਕਾਂ ਨੂੰ ਖੋਹਦੀਆਂ ਨੇ, ਤਾਂ ਉੱਥੇ ਇਤਿਹਾਸ ਲਿਖਣਾ, ਸਾਹਿਤ ਲਿਖਣਾ ਇੱਕ ਆਪ ਮੁਹਾਰੇ ਕਲਮ ਦੇ ਉੱਤੇ ਆ ਜਾਂਦਾ ਜੀ। ਸੋ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਲੋਕ ਗੀਤ, ਲੋਕ ਬੋਲੀਆਂ, ਸਾਡੇ ਜਿੰਨੇ ਵੀ ਕਲਾਕਾਰ ਹੋਏ ਨੇ, ਸਾਰੇ ਕਲਾਕਾਰਾਂ ਨੇ ਉਹ ਕਿਸਾਨ ਅੰਦੋਲਨ ਦੇ ਸੰਬੰਧ ਦੇ ਵਿੱਚ ਆਪਣੀ ਆਵਾਜ਼ ਨੂੰ ਬੁਲੰਦ ਕੀਤਾ, ਸਾਰੇ ਗੀਤਕਾਰਾਂ ਨੇ ਆਪਣੀ ਕਲਮ ਦੇ ਰਾਹੀਂ ਉਸ ਅੰਦੋਲਨ ਬਾਰੇ ਲਿਖਿਆ। ਤਾਂ ਇਸ ਕਰਕੇ ਲੋਕ ਗੀਤ ਤੇ ਬੋਲੀਆਂ ਦਾ ਸਿਰਜਣਾ ਵੀ ਜ਼ਰੂਰੀ ਸੀ। ਸੋ ਬਹੁਤ ਸਾਰੀਆਂ ਬੋਲੀਆਂ ਨੇ ਜਿਹੜੀਆਂ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕਰੀਆਂ, ਬਹੁਤ ਜ਼ਿਆਦਾ ਵਾਇਰਲ ਹੋਈਆਂ, ਬੜੇ ਹੀ ਲੱਖਾਂ ਦੀ ਤਗਾਰ ਦੇ ਵਿੱਚ ਲੋਕਾਂ ਨੇ ਪਿਆਰ ਦਿੱਤਾ। ਸੋ ਕੁਝ ਬੋਲੀਆਂ ਮੈਂ ਤੁਹਾਨੂੰ ਸੁਣਾਉਣ ਲੱਗਿਆ ਜੀ। ਜਦੋਂ ਪੰਜਾਬੀਆਂ ਨੇ ਦਿੱਲੀ ਘੇਰੀ ਆਣ ਕੇ, ਜਦੋਂ ਪੰਜਾਬੀਆਂ ਨੇ ਦਿੱਲੀ ਘੇਰੀ ਆਣ ਕੇ, ਠੁੱਕਣੀ ਮੋਦੀ ਦੀ ਮੰਜੀ ਟਿਕਰੀ ਬਾਰਡਰ ਆਣ ਕੇ, ਠੁੱਕਣੀ ਮੋਦੀ ਦੀ ਮੰਜੀ ਟਿਕਰੀ ਬਾਰਡਰ ਆਣ ਕੇ, ਅਮਿਤ ਸ਼ਾਹ
ਮੋਦੀ ਨੂੰ ਸਮਝਾ ਲੈ ਲੱਛਣ ਮਾੜੇ ਕਰਦਾ ਗਾ, ਅਮਿਤ ਸ਼ਾਹ ਮੋਦੀ ਨੂੰ ਸਮਝਾ ਲੈ ਲੱਛਣ ਮਾੜੇ ਕਰਦਾ ਗਾ, ਪੰਗਾ ਲੈ ਪੰਜਾਬੀਆਂ ਨਾਲ ਹੁਣ ਕਿਉਂ ਅੰਦਰ ਵੜਦਾ ਗਾ, ਪੰਗਾ ਲੈ ਪੰਜਾਬੀਆਂ ਨਾਲ ਹੁਣ ਕਿਉਂ ਅੰਦਰ ਵੜਦਾ ਗਾ, ਮੋਦੀ ਪੀਐਮ ਆਇਆ ਗਾ ਧੋਤੀ ਜੀ ਪਾ ਕੇ, ਮੋਦੀ ਪੀਐਮ ਆਇਆ ਗਾ ਧੋਤੀ ਜੀ ਪਾ ਕੇ, ਖਿੱਚਲੋ ਪੰਜਾਬੀ ਉਹ ਦਿੱਲੀ ਦੇ ਵਿੱਚ ਆ ਕੇ, ਖਿੱਚਲੋ ਪੰਜਾਬੀ ਉਹ ਦਿੱਲੀ ਦੇ ਵਿੱਚ ਆ ਕੇ, ਖਿੱਚਲੋ ਪੰਜਾਬੀ ਉਹ ਦਿੱਲੀ ਦੇ ਵਿੱਚ ਆ ਕੇ, ਜੇ ਮੋਦੀ ਆ ਤੂੰ ਸਾਡੀ ਇੱਕ ਨਹੀਂ ਓ ਸੁਣਨੀ, ਜੇ ਮੋਦੀ ਆ ਤੂੰ ਸਾਡੀ ਇੱਕ ਨਹੀਂ ਓ ਮੰਨਣੀ, ਹੱਕ ਤੇਰੀ ਦੇ ਉੱਤੇ ਬਹਿ ਜਾਵਾਂਗੇ, ਹੱਕ ਤੇਰੇ ਤੋਂ ਅਸੀਂ ਹੁਣ ਲੈ ਜਾਵਾਂਗੇ, ਹੱਕ ਤੇਰੇ ਤੋਂ ਅਸੀਂ ਹੁਣ ਲੈ ਜਾਵਾਂਗੇ, ਦਿੱਲੀ ਚੰਦਰੀ ਲੈ ਹੱਕ ਸਾਡੇ ਅੰਦਰ ਬੜੀ, ਮੈਂ ਕਿਹਾ ਦਿੱਲੀ ਚੰਦਰੀ ਲੈ ਹੱਕ ਸਾਡੇ ਅੰਦਰ ਬੜੀ, ਤੂੰ ਲੈ ਦਿੱਲੀਏ ਲਾਨ ਤਲੈ ਸਤ ਲਾਨ ਤਲੈ, ਲੈ ਲੈ ਦਿੱਲੀਏ ਲਾਨ ਤਲੈ ਸਤ ਲਾਨ ਤਲੈ, ਦਿੱਲੀ ਦੇ ਕਿਲੇ ਟੈਣ ਲੱਗੇ ਵੇਖ ਪੰਜਾਬੀ, ਵੇਖ ਪੰਜਾਬੀ ਆਉਣ ਲੱਗੇ ਆ ਗਏ ਨੇ ਵੀ ਆ ਗਏ ਨੇ, ਦੇਖ ਪੰਜਾਬੀ ਆ ਗਏ ਨੇ ਆ ਗਏ ਨੇ ਵੀ ਆ ਗਏ ਨੇ, ਵੇਖ ਪੰਜਾਬੀ ਆ ਗਏ ਨੇ। ਹਾਂਜੀ ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਾਕੀ ਬਹੁਤ ਖੂਬ ਬਹੁਤ ਸੋਹਣਾ ਰੰਗ ਬਣ ਰਹੇ ਹੋ ਜੀ ਤੁਸੀਂ, ਔਰ ਬਾਕੀ ਮੈਨੂੰ ਵਧੀਆ ਲੱਗ ਰਿਹਾ, ਮੈਨੂੰ ਆਸ ਕਰਦੀ ਹਾਂ ਕਿ ਸਾਡੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਵੀ ਬਹੁਤ ਚੰਗਾ ਲੱਗ ਰਿਹਾ ਹੋਏਗਾ, ਤੇ ਬਾਕੀ ਪੰਜਾਬੀ ਸੰਗੀਤ ਪੂਰੀ ਦੁਨੀਆਂ ਦੇ ਵਿੱਚ ਛਾਇਆ ਹੋਇਆ, ਔਰ ਜਦੋਂ ਇਹਨਾਂ ਲੋਕ ਗੀਤਾਂ ਲੋਕ ਬੋਲੀਆਂ ਦੀ ਗੱਲ ਚੱਲਦੀ ਆ ਤੇ ਇਹ ਹਰ ਕੋਈ ਇਨਸਾਨ ਜਿਹੜਾ ਹੈਗਾ ਇਸ ਦੇ ਉੱਤੇ ਨੱਚਣ ਦੇ ਲਈ ਗਿੱਧਾ ਪਾਉਣ ਦੇ ਲਈ ਮਜਬੂਰ ਹੋ ਜਾਂਦਾ। ਤੇ ਜਾਂਦੇ ਜਾਂਦੇ ਤੁਸੀਂ ਕੀ ਕਹੋਗੇ ਕਿ ਜਿਹੜਾ ਇੱਕ, ਕਿਉਂਕਿ ਤੁਸੀਂ ਥੀਏਟਰ ਦੇ ਆਰਟਿਸਟ ਵੀ ਰਹੇ ਹੋ, ਤੁਸੀਂ ਬੱਚਿਆਂ ਨੂੰ ਗਿੱਧਾ ਵੀ ਸਿਖਾਉਂਦੇ ਆ ਰਹੇ ਹੋ ਕਾਫੀ ਲੰਮੇ ਸਮੇਂ ਤੋਂ, ਇਹ ਚਾਹੇ ਜਿੰਦੂਆ ਹੈ, ਮਲਵਈ ਗਿੱਧਾ ਹੈ, ਲੋਕ ਨਾਚ ਭੰਗੜਾ ਹੈ, ਉਹ ਵੀ ਤੁਸੀਂ ਸਿਖਾਉਂਦੇ ਆ ਰਹੇ ਹੋ, ਖੁਦ ਵੀ ਪਾਉਂਦੇ ਹੋ, ਸੋ ਇਹ ਨੱਚਣਾ ਗਾਣਾ ਮਨ ਕਾ ਚਾਓ ਕਹਿੰਦੇ ਹੁੰਦੇ ਨੇ, ਜ਼ਿੰਦਗੀ ਦੇ ਵਿੱਚ ਹੱਸਣਾ ਖੇਡਣਾ ਨੱਚਣਾ ਕਿੰਨਾ ਕੁ ਜ਼ਰੂਰੀ ਹੈ? ਦੇਖੋ ਜੀ, ਹਰ ਇੱਕ ਕਹਿੰਦੇ ਨੇ, ਹਰ ਇੱਕ ਕੌਮ ਲਾ ਲਓ ਜਾਂ ਹਰ ਇੱਕ ਸੱਭਿਆਚਾਰ ਲਾ ਲਓ ਜਾਂ ਹਰ ਇੱਕ ਜੋ ਵੀ ਆਪਣੇ ਕਲਚਰ ਆਪਣੇ ਸੱਭਿਆਚਾਰ ਦੇ ਵਿੱਚ ਹੀ ਜੀਵਿਤ ਹੁੰਦਾ, ਹਨਾ, ਉਹਦਾ ਸੱਭਿਆਚਾਰ ਹੀ ਦੱਸਦਾ ਹੁੰਦਾ ਵੀ ਉਹ ਕੌਮ ਕਿੱਥੇ ਕੁ ਸਟੈਂਡ ਕਰਦੀ ਆ, ਉਹਨਾਂ ਦਾ ਸਾਡਾ ਪੰਜਾਬੀਆਂ ਦਾ ਦੁਨੀਆਂ ਦੇ ਵਿੱਚ ਇੱਕ ਵੱਖਰਾ ਹੋਣਾ, ਦੁਨੀਆਂ ਦੇ ਵਿੱਚ ਇੱਕ ਬਹੁਤ ਵੱਡਾ ਉੱਚਾ ਕੱਦ ਹੋਣਾ ਸਾਡਾ ਪੰਜਾਬੀ ਸੱਭਿਆਚਾਰ ਆ। ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਸਾਡਾ ਖਾਣ ਪੀਣ, ਸਾਡੀ ਬੋਲ ਚਾਲ, ਸਾਡੀਆਂ ਨਿੱਤ ਦਾ ਕਿਰਿਆ ਕਰਮ ਸਾਡਾ, ਹਨਾ, ਉਹ ਸਾਰਾ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਆ ਜਾਂਦਾ। ਸਾਡੇ ਰੀਤੀ ਰਿਵਾਜ ਆ ਜਾਂਦੇ ਨੇ, ਸਾਡਾ ਇੱਕ ਦੂਜੇ ਦੇ ਨਾਲ ਵਰਤਣ ਦਾ ਢੰਗ ਆ ਜਾਂਦਾ ਹੁੰਦਾ। ਪੰਜਾਬੀ ਕਿਹੋ ਜਿਹੇ ਲੋਕ ਨੇ ਗੇ ਜਿਹੜੇ ਜਿੱਥੇ ਵੀ ਜਾਂਦੇ ਨੇ ਤੇ ਉੱਥੇ ਮੇਲੇ ਲੱਗ ਜਾਂਦੇ ਨੇ। ਉਹਨਾਂ ਦੇ ਮੇਲੇ ਲੱਗਣ ਦਾ ਕਾਰਨ ਇਹ ਹੁੰਦਾ ਕਿ ਉਹ ਸਦਾ ਖੁਸ਼ ਰਹਿੰਦੇ ਨੇ, ਉਹ ਨੱਚਦੇ ਨੇ, ਟੱਪਦੇ ਨੇ, ਜਿੱਥੇ ਨੱਚਦੇ ਨੇ ਟੱਪਦੇ ਨੇ ਉਹਦੇ ਨਾਲ ਉਹ ਬੜੇ ਸੂਰਵੀਰ ਵੀ ਨੇ, ਬੜੇ ਬਹਾਦਰ ਵੀ ਨੇ। ਤਾਂ ਇਸ ਕਰਕੇ ਉਹ ਕਦੇ ਵੀ ਕਿਸੇ ਦੇ ਉੱਤੇ ਨਾ ਵਾਰ ਕਰਦੇ ਨੇ ਤੇ ਨਾ ਕਿਸੇ ਨੂੰ ਪਰੇਸ਼ਾਨ ਕਰਦੇ ਨੇ, ਪਰ ਜਦੋਂ ਜ਼ੁਲਮ ਹੱਦੋਂ ਪਾਰ ਹੋ ਜਾਂਦਾ ਤਾਂ ਉਹ ਆਪਣੀ ਜਿਹੜੀਆਂ ਸ਼ਸਤਰ ਵੀ ਚੱਕ ਲੈਂਦੇ ਨੇ। ਤਾਂ ਇਸ ਕਰਕੇ ਸਾਡਾ ਪੰਜਾਬੀਆਂ ਦਾ ਜਿਹੜਾ ਸੱਭਿਆਚਾਰ ਉਹ ਬੜਾ ਵਿਲੱਖਣ ਹੈ ਤੇ ਬੜਾ ਹੀ ਸਰਬ ਉੱਤਮ ਹੈ। ਤਾਂ ਇਸ ਕਰਕੇ ਵੀ ਮੈਂ ਇਹੀ ਕਹਿਣਾ ਚਾਹੂੰਗਾ ਵੀ ਜੋ ਸਾਡਾ ਪੰਜਾਬੀ ਸੱਭਿਆਚਾਰ ਆ, ਸਾਡੀ ਪੰਜਾਬੀ ਮਾਂ ਬੋਲੀ ਹੈ, ਇਹਨੂੰ ਸੁਰਜੀਤ ਕਰਨਾ ਜਾਂ ਇਹਨੂੰ ਸਦਾ ਅਮਰ ਰੱਖਣਾ, ਆਵਾਜ਼ ਰੱਖਣਾ, ਤਾਂ ਸਾਡਾ ਸਾਰਿਆਂ ਦਾ ਇੱਕ ਇਖਲਾਕੀ ਫਰਜ਼ ਬਣ ਜਾਂਦਾ। ਕਿਉਂਕਿ ਜੇ ਅਸੀਂ ਆਪਣੀ ਮਾਂ ਬੋਲੀ ਤੋਂ, ਆਪਣੇ ਪੰਜਾਬੀ ਕਲਚਰ ਤੋਂ, ਪੰਜਾਬੀ ਸੱਭਿਆਚਾਰ ਤੋਂ ਅਸੀਂ ਦੂਰ ਜਾਵਾਂਗੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਤੇ ਪੱਛਮੀ ਪ੍ਰਭਾਵ ਪੈਣਾ ਸੁਭਾਵਿਕ ਹੈ। ਕਿਉਂਕਿ ਸਾਨੂੰ ਉਹਨਾਂ ਨੂੰ ਆਪਣੀਆਂ ਰਵਾਇਤਾਂ ਦੇ ਨਾਲ ਜੋੜਨਾ, ਰਵਾਇਤਾਂ ਸਾਡੀਆਂ ਇਹੋ ਜਿਹੀਆਂ ਨੇ, ਜੇ ਅਸੀਂ ਆਪਣੀਆਂ ਰਵਾਇਤਾਂ ਆਪਣੇ ਲੋਕ ਨਾਚ ਲੋਕ ਗੀਤਾਂ ਦੀ ਗੱਲ ਕਰਾਂਗੇ ਤਾਂ ਸਾਡੇ ਬੱਚਿਆਂ ਨੂੰ, ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਪੁਰਾਤਨ ਚੀਜ਼ਾਂ ਬਾਰੇ ਪਤਾ ਲੱਗੂਗਾ। ਨਿਰਾਪੁਰਾ ਸਾਡੇ ਜਿਹੜੇ ਰਵਾਇਤੀ ਲੋਕ ਗੀਤ ਨੇ ਉਹਨਾਂ ਦੇ ਵਿੱਚ ਸਾਡੀ ਪਰਿਵਾਰਕ ਸਾਂਝ ਝਲਕਦੀ ਹੈ, ਸਾਡੇ ਮਾਤਾ ਪਿਤਾ ਦਾ ਸਤਿਕਾਰ ਝਲਕਦਾ, ਇੱਕ ਮਾਂ ਧੀ ਦਾ ਆਪਸੀ ਰਿਸ਼ਤਾ ਝਲਕਦਾ, ਇੱਕ ਭੈਣ ਭਰਾਵਾਂ ਦੇ ਲਈ ਕੀ ਜਗ੍ਹਾ ਹੁੰਦੀ ਹੈ, ਸਾਰੀਆਂ ਚੀਜ਼ਾਂ ਸਾਡੇ ਰਵਾਇਤੀ ਲੋਕ ਗੀਤਾਂ ਦੇ ਵਿੱਚ ਹੁੰਦੇ ਨੇ। ਉਹਨਾਂ ਦਾ ਦਰਦ, ਉਹਨਾਂ ਦੇ ਜਜ਼ਬਾਤ, ਉਹਨਾਂ ਦੀ ਫੀਲਿੰਗ ਜਿਹੜੀ ਹੈਗੀ ਉਹਨਾਂ ਗੀਤਾਂ ਵਿੱਚ ਜੁੜੀ ਹੁੰਦੀ ਹੈ। ਇਸੇ ਤਰ੍ਹਾਂ ਸਾਡੀਆਂ ਬੋਲੀਆਂ ਨੇ, ਸਾਡੀਆਂ ਬੋਲੀਆਂ ਵੀ ਸਾਡੇ ਰਿਸ਼ਤੇ ਨਾਤਿਆਂ ਨੂੰ ਦਰਸਾਉਂਦੀਆਂ ਨੇ, ਸਾਡੀ ਆਪਸੀ ਭਾਈਚਾਰਕ ਸਾਂਝ ਨੂੰ ਦਰਸਾਉਂਦੀਆਂ ਨੇ। ਤਾਂ ਜਦੋਂ ਅਸੀਂ ਸਾਡੇ ਬੱਚਿਆਂ ਨੂੰ ਇਹ ਪਰੋਸਾਂਗੇ, ਸਾਡੇ ਬੱਚਿਆਂ ਨੂੰ ਇਹਦੇ ਬਾਰੇ ਜਾਣਕਾਰੀ ਦੇਵਾਂਗੇ ਤਾਂ ਉਹ ਆਟੋਮੈਟਿਕਲੀ ਹੀ ਆਪਣੇ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਮਾਂ ਬੋਲੀ ਨਾਲ ਜੁੜੇ ਰਹਿਣਗੇ। ਤਾਂ ਮੈਂ ਤਾਂ ਇਹੀ ਕਹਾਂਗਾ
ਵੀ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਦਾ ਸਦਾ ਸਤਿਕਾਰ ਕਰਨਾ ਚਾਹੀਦਾ, ਪੰਜਾਬੀ ਮਾਂ ਬੋਲੀ ਅਪਣਾਉਣੀ ਚਾਹੀਦੀ ਹੈ, ਦੂਸਰੀਆਂ ਭਾਸ਼ਾਵਾਂ ਦਾ ਵੀ ਸਤਿਕਾਰ ਕਰਨਾ ਚਾਹੀਦਾ। ਪਰ ਜਿਸ ਮਾਂ ਦੀ ਕੁੱਖੋਂ ਅਸੀਂ ਪੈਦਾ ਹੋਏ ਹਾਂ, ਕਹਿਣ ਤੋਂ ਭਾਵ ਜਿਹੜੀ ਸਾਡੀ ਮਾਤ ਭਾਸ਼ਾ ਗੀ ਸਾਡੀ ਪੰਜਾਬੀ ਬੋਲੀ ਹੈ ਸਾਡੀ, ਸਾਨੂੰ ਉਹਦੇ ਵਿੱਚ ਹੀ ਰਹਿਣਾ ਚਾਹੀਦਾ, ਦੂਸਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਨਾ ਚਾਹੀਦਾ। ਤੇ ਸਾਡੇ ਜਿਹੜੇ ਲੋਕ ਗੀਤ, ਲੋਕ ਨਾਚ, ਲੋਕ ਬੋਲੀਆਂ, ਸਿੱਠਣੀਆਂ, ਘੋੜੀਆਂ, ਸੁਹਾਗ ਨੇ ਜਿਹੜੇ ਸਾਡੇ, ਇਹ ਸਾਡੇ ਸੱਭਿਆਚਾਰ ਦਾ ਇੱਕ ਅਟੁੱਟ ਅੰਗ ਹੈ। ਤੇ ਸਾਨੂੰ ਇਥੋਂ ਕਦੇ ਦੂਰ ਦੂਰ ਨਹੀਂ ਜਾਣਾ ਚਾਹੀਦਾ, ਸਾਡੇ ਬੱਚਿਆਂ ਨੂੰ ਜਾਂ ਸਾਨੂੰ ਇਹਦੇ ਵਿੱਚ ਰਹਿ ਕੇ ਹੀ ਆਪਣੀ ਜੋ ਵੀ ਕਿਰਿਆ ਕਰਮ ਨੇ ਸਾਨੂੰ ਇਹਦੇ ਵਿੱਚ ਰਹਿ ਕੇ ਕਰਨੇ ਚਾਹੀਦੇ ਨੇ, ਕਿਉਂਕਿ ਇਹਦੇ ਨਾਲ ਜਿੱਥੇ ਨੱਚਣ ਦੇ ਨਾਲ ਸਾਡੀ ਸਰੀਰਕ ਕਸਰਤ ਹੁੰਦੀ ਹੈ, ਸਾਨੂੰ ਇੱਕ ਫਿਜ਼ੀਕਲੀ ਤੌਰ ਦੇ ਉੱਤੇ ਸਾਨੂੰ ਬਹੁਤ ਜ਼ਿਆਦਾ ਬਲ ਮਿਲਦਾ, ਕਿਉਂਕਿ ਭੰਗੜਾ ਪਾਉਣ ਦੇ ਨਾਲ ਸਾਡੇ ਸਰੀਰ ਦੀ ਵਰਜਿਸ਼ ਹੁੰਦੀ ਹੈ, ਗਿੱਧਾ ਪਾਉਣ ਦੇ ਨਾਲ ਕੁੜੀਆਂ ਗਿੱਧਾ ਪਾਉਂਦੀਆਂ ਨੇ, ਅੱਡੀ ਤੇ ਤਾੜੀ ਮਾਰਦੇ ਨੇ, ਤਾਂ ਉਹਦੇ ਨਾਲ ਸਾਡਾ ਜਿਹੜਾ ਸਰੀਰ ਦਾ ਸਰਕਲ ਆ, ਬਲੱਡ ਸਰਕਲ ਆ ਜਿਹੜਾ ਸਾਡਾ, ਉਹ ਹਮੇਸ਼ਾ ਸਾਫ਼ ਸੁਥਰਾ ਰਹਿੰਦਾ, ਕੋਈ ਬਿਮਾਰੀਆਂ ਨਹੀਂ ਲੱਗਦੀਆਂ। ਤਾਂ ਸਾਨੂੰ ਨਹੀਂ ਲੱਗਦਾ ਵੀ ਸਾਡਾ ਜਿਹੜੇ ਨਾਚ ਨੇ, ਸਾਡੇ ਭੰਗੜਾ ਸਾਡਾ ਪੰਜਾਬ ਦਾ ਇੱਕ ਸਭ ਤੋਂ ਜੋਸ਼ੀਲਾ ਨਾਚ ਆ, ਜਿਸ ਨੂੰ ਕੋਈ ਆਮ ਮਾੜਾ ਚਿੜਾ ਬੰਦਾ ਨਹੀਂ ਨੱਚ ਸਕਦਾ, ਇਹ ਪੰਜਾਬੀ ਹੀ ਨੱਚ ਸਕਦੇ ਨੇ, ਉਹੀ ਨੱਚ ਸਕਦਾ ਜਿਹਦੇ ਕੋਲ ਬਹੁਤ ਵੱਡੀ ਤਾਕਤ ਹੁੰਦੀ ਹੈ। ਸੋ ਗਿੱਧਾ ਤੇ ਭੰਗੜਾ ਸਾਡੇ ਜਿਹੜੇ ਦੋ ਲੋਕ ਨਾਚ ਕਿਹੋ ਜਿਹੇ ਹੋਏ ਨੇ, ਜੇ ਵਿਸ਼ਵ ਦੇ ਵਿੱਚ ਬੜੇ ਪ੍ਰਸਿੱਧ ਨੇ, ਤੇ ਸਾਨੂੰ ਇਹ ਜਿੱਥੇ ਸਰੀਰਕ ਤੌਰ ਤੇ ਮਜ਼ਬੂਤ ਰੱਖਦੇ ਨੇ, ਉੱਥੇ ਸਾਨੂੰ ਮੈਂਟਲੀ ਤੌਰ ਤੇ ਵੀ ਬਹੁਤ ਜ਼ਿਆਦਾ ਅੱਗੇ ਲੈ ਕੇ ਜਾਂਦੇ ਨੇ। ਇਸ ਕਰਕੇ ਸਾਨੂੰ ਆਪਣੇ ਤੁਹਾਡੀ ਗੱਲ ਸਹੀ ਹੈ, ਬਹੁਤ ਸਾਰੇ ਜਿਵੇਂ ਤੁਸੀਂ ਕਿਹਾ ਕਿ ਜਜ਼ਬਾਤ ਵੀ ਹੁੰਦੇ ਨੇ, ਤੇ ਇਸ ਵੇਲੇ ਵਿਦੇਸ਼ਾਂ ਦੇ ਵਿੱਚ ਬੈਠੇ ਬਹੁਤ ਸਾਰੇ ਸਰੋਤੇ ਤੁਹਾਨੂੰ ਸੁਣ ਰਹੇ ਨੇ, ਤੇ ਪਰਦੇਸੀਆਂ ਦੇ ਮਨਾਂ ਦੇ ਵਿੱਚ ਆਪਣੇ ਵਤਨ ਦੇ ਪ੍ਰਤੀ, ਆਪਣੇ ਵਿਰਸੇ ਦੇ ਪ੍ਰਤੀ ਪਿਆਰ ਮੋਹ ਜਿਹੜਾ ਉਹ ਝਲਕਦਾ ਰਹਿੰਦਾ, ਤੇ ਪਰਦੇਸੀਆਂ ਦੇ ਲਈ ਕੁਝ ਚੰਦ ਲਾਈਨਾਂ ਹੋ ਜਾਣ, ਕੋਈ ਲੋਕ ਗੀਤ ਏਦਾਂ ਦਾ ਜਾਂ ਲੋਕ ਬੋਲੀ ਤੁਹਾਨੂੰ ਲੱਗਦਾ ਹੋਵੇ ਜੀ? ਹਾਂਜੀ ਹਾਂਜੀ, ਮੈਂ ਉਸ ਤੋਂ ਪਹਿਲਾਂ ਇੱਕ ਗੱਲ ਕਰਨਾ ਚਾਹਾਂਗਾ, ਮੈਨੂੰ ਲੱਗਦਾ ਵੀ ਮੈਂ ਤਾਂ ਸਿਜਦਾ ਕਰਦਾ, ਸਲੂਟ ਕਰਦਾ ਸਾਡੇ ਵਿਦੇਸ਼ੀ ਪੰਜਾਬੀਆਂ ਨੂੰ ਜਿੰਨੇ ਵੀ ਬੈਠੇ ਨੇ, ਮੈਨੂੰ ਲੱਗਦਾ ਵੀ ਉਹਨਾਂ ਨੇ ਜ਼ਿਆਦਾ ਸਾਡਾ ਪੰਜਾਬੀ ਸੱਭਿਆਚਾਰ ਸੰਭਾਲਿਆ ਹੋਇਆ, ਹਨਾ। ਮੈਂ ਅਕਸਰ ਦੇਖਦਾ ਤੇ ਮੇਰੀ ਅਕਸਰ ਗੱਲ ਹੁੰਦੀ ਰਹਿੰਦੀ ਆ ਕੈਨੇਡਾ, ਅਮੈਰੀਕਾ, ਹਨਾ, ਵਿਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ, ਤੇ ਜਦੋਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਉਹਨਾਂ ਦੀ ਜ਼ੁਬਾਨ ਦੇ ਉੱਤੇ ਪੰਜਾਬੀ ਸੱਭਿਆਚਾਰ ਝਲਕਦਾ ਹੁੰਦਾ ਬਹੁਤ। ਅਸੀਂ ਪੰਜਾਬ ਵਿੱਚ ਰਹਿ ਕੇ ਕਿਤੇ ਨਾ ਕਿਤੇ ਕਾਫੀ ਦੂਰ ਚਲੇ ਗਏ ਹਾਂ, ਪਰ ਜਿਹੜੇ ਸਾਡੇ ਵੀਰ ਪਰਦੇਸੀ ਨੇ, ਵਿਦੇਸ਼ਾਂ ਵਿੱਚ ਬੈਠੇ ਨੇ ਪੰਜਾਬੀ, ਉਹਨਾਂ ਨੇ ਸਾਡਾ ਸੱਭਿਆਚਾਰ ਨੂੰ ਮੈਨੂੰ ਲੱਗਦਾ ਬਹੁਤ ਜ਼ਿਆਦਾ ਸੰਭਾਲਿਆ ਹੋਇਆ। ਅਸੀਂ ਅਕਸਰ ਦੇਖਦੇ ਹਾਂ ਉਹਨਾਂ ਦੇ ਬੱਚੇ ਜਾਂ ਉਹ ਜਦੋਂ ਵੀ ਦੇਖਦੇ ਹਾਂ ਕੋਈ ਫੈਸਟੀਵਲ ਹੁੰਦਾ, ਕੋਈ ਵੀ ਪ੍ਰੋਗਰਾਮ ਹੁੰਦਾ, ਉਹ ਆਪਣੇ ਸੱਭਿਆਚਾਰ ਤੋਂ ਕਦੇ ਬਾਹਰ ਨਹੀਂ ਜਾਂਦੇ, ਉਹ ਵਧਾਈ ਦੇ ਪਾਤਰ ਨੇ ਸਾਰੇ, ਹਨਾ। ਤੇ ਤਾਂ ਮੈਂ ਉਹਨਾਂ ਦੇ ਲਈ ਹਨਾ ਇੱਕ ਬੋਲੀ ਪਾਵਾਂਗਾ, ਹਨਾ, ਤੇ ਕਿਉਂਕਿ ਮੈਂ ਬੋਲ ਹੀ ਦਿੱਤਾ ਸਾਰਾ ਕੁਛ, ਹਨਾ। ਬਿਲਕੁਲ, ਤੂੰ ਕਿਉਂ ਪਰਦੇਸ ਵੇ ਮੈਂ ਰਹੀ ਮਨ ਮਾਰਦੀ, ਤੂੰ ਕਿਉਂ ਪਰਦੇਸ ਵੇ ਮੈਂ ਰਹੀ ਮਨ ਮਾਰਦੀ, ਹੁਣ ਮੈਂ ਸਰੀਕਨਾ ਦੀ ਇੱਕ ਨਾ ਸਹਾਰਦੀ, ਡੋਰੀਆ ਲੈਣਾ ਮੈਂ ਹੱਟੀ ਪੰਨ ਸ਼ਾਹੂਕਾਰ ਦੀ, ਡੋਰੀਆ ਲੈਣਾ ਮੈਂ ਹੱਟੀ ਪੰਨ ਸ਼ਾਹੂਕਾਰ ਦੀ। ਹਾਂਜੀ, ਬਹੁਤ ਵਧੀਆ ਜੀ, ਬਹੁਤ ਸੋਹਣੀਆਂ ਬੋਲੀਆਂ ਨੇ। ਦੇਖੋ ਕਈ ਵਾਰੀ ਏਦਾਂ ਦੀਆਂ ਬੋਲੀਆਂ ਜਿਹੜੀਆਂ ਅਸੀਂ ਸੁਣੀਆਂ ਨਹੀਂ ਹੁੰਦੀਆਂ, ਜਾਂ ਕੁੜੀਆਂ ਗਿੱਧੇ ਦੇ ਵਿੱਚ ਆਉਂਦੀਆਂ ਨੇ ਤੇ ਕੁਝ ਕੁ ਬੋਲੀਆਂ ਪਾਉਂਦੀਆਂ ਨੇ, ਪਰ ਤੁਹਾਡੇ ਕੋਲ ਤੇ ਬੋਲੀਆਂ ਵਾਲਾ ਹੜ ਕਹਿ ਲਓ ਜਾਂ ਮਤਲਬ ਇੰਨਾ ਬੋਲੀਆਂ ਦਾ ਮੀਂਹ ਆ ਜਿਹੜਾ ਤੁਸੀਂ ਵਰਤਾ ਦਿੰਦੇ ਹੋ ਜਦੋਂ ਵੀ ਜਿੱਥੇ ਵੀ ਖੜੇ ਹੁੰਦੇ ਹੋ ਤੁਸੀਂ। ਸੋ ਜਾਂਦੇ ਜਾਂਦੇ ਜੇ ਅਸੀਂ ਤੁਹਾਡੇ ਕੋਲੋਂ ਪੁੱਛੀਏ, ਇਹ ਪੂਰਾ ਸਾਲ ਅਸੀਂ ਤੁਹਾਡੇ ਲਈ ਇਹੀ ਦੁਆ ਕਰਦੇ ਹਾਂ ਕਿ ਖੁਸ਼ੀਆਂ ਖਿੜੇ ਔਰ ਬਹੁਤ ਸਾਰੀ ਤਰੱਕੀ ਲੈ ਕੇ ਆਵੇ ਤੁਹਾਡੇ ਕੰਮ ਕਾਰ ਦੇ ਵਿੱਚ। ਪਾਲ ਜੀ, ਤੁਸੀਂ ਪੂਰੇ ਸਾਲ ਦੇ ਵਿੱਚ ਤੁਹਾਨੂੰ ਲੱਗਦਾ ਵੀ ਕੋਈ ਅਜਿਹੇ ਦਿਨ ਹੁੰਦੇ ਨੇ ਜਿਹਦੇ ਵਿੱਚ ਤੁਸੀਂ ਕੰਮ ਨਹੀਂ ਕਰਦੇ, ਤੁਹਾਨੂੰ ਲੱਗਦਾ ਵੀ ਤੁਸੀਂ ਆਪਣੇ ਲਈ ਰਿਜ਼ਰਵ ਰੱਖਦੇ ਹੋ ਵੀ ਇਹ ਦਿਨ ਹੁਣ ਸਾਨੂੰ ਨਾ ਛੇੜਿਓ, ਬਸ ਕਦੇ ਏਦਾਂ ਹੁੰਦਾ? ਨਹੀਂ, ਅਸਲ ਵਿੱਚ ਨਾ ਸਾਰੇ ਦਾ ਸਾਰਾ 365 ਤੇ 365 ਦਿਨ ਸਾਡੇ ਮੇਰੇ ਮੇਰੇ ਕੋਲ ਆਪਣੇ ਪਰਿਵਾਰ ਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਸਭ ਤੋਂ ਪਹਿਲਾਂ ਸਾਡਾ ਇਹੀ ਲਾ ਲਓ ਵੀ ਜੂਨ ਦੇ ਵਿੱਚ ਸਾਡੇ ਰਵਾਇਤੀ ਮੇਲੇ ਸ਼ੁਰੂ ਹੋ ਜਾਂਦੇ ਨੇ, ਕੁੜੀਆਂ ਨੇ ਜਿਹੜੀਆਂ ਪੂਰੇ ਪੰਜਾਬ ਤੋਂ ਕਿ ਪੂਰੇ ਵਿਸ਼ਵ ਦੇ ਵਿੱਚੋਂ ਕੁੜੀਆਂ ਸਪੈਸ਼ਲ ਟ੍ਰੇਨਿੰਗ ਲੈਣ ਦੇ ਲਈ ਮੇਰੇ ਪਿੰਡ ਪਹੁੰਚਦੀਆਂ ਨੇ, ਉਹਨਾਂ ਨੂੰ ਮਹੀਨਾ ਡੇਢ ਮਹੀਨਾ ਸਿਖਲਾਈ ਦਿੱਤੀ ਜਾਂਦੀ ਆ, ਉਹਨਾਂ ਨੂੰ ਰਵਾਇਤੀ ਲੋਕ ਗੀਤਾਂ ਦੀ, ਗਿੱਧੇ ਦੀ ਤੇ ਸਿੱਠਣੀਆਂ ਦੀ, ਦੋਹਿਆਂ ਦੀ। ਫਿਰ ਉਸ ਤੋਂ ਬਾਅਦ ਸਾਡੇ ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਯੂਨੀਵਰਸਿਟੀਆਂ ਦੇ ਯੂਥ ਫੈਸਟੀਵਲ ਸ਼ੁਰੂ ਹੋ ਜਾਂਦੇ ਨੇ, ਫਿਰ ਜੁਲਾਈ ਤੋਂ ਲੈ ਕੇ ਨਵੰਬਰ ਤੱਕ ਅਸੀਂ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਹੁੰਦੇ ਹਾਂ। ਉਸ ਤੋਂ ਬਾਅਦ ਸਾਡੀਆਂ ਵਿਆਹਾਂ ਸ਼ਾਦੀਆਂ ਦੇ ਜਿਹੜੇ ਸਾਡੇ ਵੈਡਿੰਗ ਸ਼ੋਅ ਨੇ ਉਹ ਆਰੰਭ ਹੋ ਜਾਂਦੇ ਨੇ, ਤਾਂ ਇਸ ਕਰਕੇ ਵੀ ਪੂਰੇ ਦਾ ਪੂਰਾ ਜਿਹੜਾ ਸਮਾਂ ਗਾ। ਬਾਕੀ ਮੇਰੀ ਆਪਣੀ ਜਿਹੜੀ ਸਟੱਡੀ ਚੱਲ ਰਹੀ ਹੈ, ਮੇਰੀ ਰਿਸਰਚ ਚੱਲ ਰਹੀ ਹੈ ਲੋਕ ਨਾਚਾਂ ਦੇ ਉੱਤੇ, ਮੈਨੂੰ ਉਹਦੇ ਵਿੱਚ ਵੀ ਸਮਾਂ ਦੇਣਾ ਪੈਂਦਾ ਹਨਾ। ਮੈਨੂੰ ਵੱਖ ਵੱਖ ਖੇਤਰਾਂ ਦੇ ਵਿੱਚ, ਮਾਝਾ, ਮਾਲਵਾ, ਦੁਆਬਾ, ਪੁਆਧ, ਇਹਨਾਂ ਖੇਤਰਾਂ ਦੇ ਵਿੱਚ ਮੈਨੂੰ ਰਿਸਰਚ ਦੇ ਲਈ ਅਕਸਰ ਜਾਣਾ ਪੈਂਦਾ, ਕਿਉਂਕਿ ਉੱਥੋਂ ਲੋਕ ਬੋਲੀਆਂ, ਲੋਕ ਗੀਤ, ਉਹਨਾਂ ਨੂੰ ਗਾਉਣ ਦਾ ਢੰਗ, ਸਾਰਾ ਕੁਛ ਮੈਨੂੰ ਉਹ ਆਪਣਾ ਫੀਲਡ ਵਰਕ ਵੀ ਕਰਨਾ ਪੈਂਦਾ। ਤਾਂ ਇਸ ਕਰਕੇ ਵੀ
ਬੜਾ ਅੱਛਾ ਲੱਗਦਾ ਮੈਨੂੰ ਜਦੋਂ ਮੈਂ ਆਪਣੇ ਫੀਲਡ ਦੇ ਵਿੱਚ ਜਾਣਾ ਜਾਂ ਆਪਣੀ ਮਾਂ ਬੋਲੀ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਹਰ ਤਰ੍ਹਾਂ ਦੀ ਚੀਜ਼ ਹੈ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਬੜੀ ਵਧੀਆ ਗੱਲ ਹੈ ਪਾਲ ਜੀ ਸੌਰੀ ਤੁਹਾਨੂੰ ਇੰਟਰਪਟ ਕਰ ਰਹੀ ਹਾਂ ਪਰ ਤੁਸੀਂ ਜਿਵੇਂ ਜ਼ਿਕਰ ਕੀਤਾ ਨਾ ਕਿ ਮਾਝਾ ਮਾਲਵਾ ਦੁਆਬਾ ਤੇ ਪੁਆਧ ਅਸੀਂ ਮਾਝਾ ਮਾਲਵਾ ਦੁਆਬਾ ਦੀ ਤਾਂ ਬੋਲੀ ਨੂੰ ਸੁਣ ਲੈਂਦੇ ਹਾਂ ਪਰ ਪੁਆਧ ਦੀ ਜਿਹੜੀ ਬੋਲੀ ਆ ਉਹ ਬਹੁਤ ਘੱਟ ਲੋਕਾਂ ਨੇ ਸੁਣੀ ਹੋਗੀ ਪੁਆਧ ਦੇ ਲੋਕ ਗੀਤ ਕੀ ਕੁਛ ਏਦਾਂ ਦੇ ਤੁਹਾਡੇ ਕੋਲ ਹੈਗੇ ਨੇ ਜਾਂ ਤੁਹਾਨੂੰ ਲੱਗਦਾ ਵੀ ਉਹਨਾਂ ਦੇ ਉੱਤੇ ਕੰਮ ਕੀਤਾ ਹੋਇਆ ਜੀ ਨਹੀਂ ਮੈਂ ਜਿੰਨਾ ਕਿ ਮੈਂ ਜਾ ਕੇ ਦੇਖਿਆ ਕਿਉਂਕਿ ਜਿਹੜੀਆਂ ਉਹਨਾਂ ਦੀਆਂ ਬੋਲੀਆਂ ਨੇ ਉਹ ਤਾਂ ਸਾਡੀਆਂ ਇਹ ਮਿਕਸ ਕੀਤੀਆਂ ਹੁੰਦੀਆਂ ਨੇ ਮਾਝੇ ਮਾਲਵੇ ਦੁਆਬੇ ਵਾਲੀ ਬੋਲੀਆਂ ਬੋਲਦੇ ਨੇ ਪਰ ਉਹਨਾਂ ਦੇ ਰੀਤੀ ਰਿਵਾਜਾਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਵੱਖਰੇਵਾ ਵੇਖਿਆ ਉੱਥੇ ਜਦੋਂ ਵੀ ਅਸੀਂ ਜਾਂਦੇ ਹਾਂ ਮੈਂ ਦੇਖਿਆ ਉਹਨਾਂ ਦੇ ਜਿਹੜੇ ਰੀਤੀ ਰਿਵਾਜ ਨੇ ਉਹ ਸਾਡੇ ਨਾਲ ਕੁੱਝ ਵੱਖਰੇ ਨੇ ਤੇ ਉਹਨਾਂ ਦੇ ਵਿਆਹ ਕਰਨ ਦੇ ਢੰਗ ਦੇ ਵਿੱਚ ਕਾਫ਼ੀ ਵੱਖਰੇਵਾ ਦੇਖਿਆ ਉਹਨਾਂ ਦੀ ਬੋਲੀ ਦੇ ਵਿੱਚ ਬਹੁਤ ਵੱਖਰੇਵਾ ਦੇਖਿਆ ਉਹਨਾਂ ਦੀ ਬੋਲੀ ਕਿਉਂਕਿ ਹਰਿਆਣਾ ਨੇੜੇ ਲੱਗਣ ਕਰਕੇ ਕਾਫ਼ੀ ਪ੍ਰਭਾਵ ਹਰਿਆਣਾ ਦੀ ਬੋਲੀ ਦਾ ਉਹਨਾਂ ਉੱਤੇ ਹੈ ਤੇ ਉਹ ਕਾਫੀ ਹਿੰਦੀ ਤੇ ਪੰਜਾਬੀ ਮਿਕਸ ਜੀ ਉਹ ਭਾਸ਼ਾ ਜਿਹੜੀ ਉਹ ਬੋਲਦੇ ਨੇ ਪਰ ਜਿਹੜੀ ਉਹਨਾਂ ਦੀ ਬੋਲੀਆਂ ਨੇ ਗੀਆਂ ਉਹ ਬੋਲੀਆਂ ਸਾਡੀਆਂ ਮਾਲਵੇ ਵਾਲੀਆਂ ਪਾਉਂਦੇ ਨੇ ਉਹ ਦੁਆਬੇ ਵਾਲੀਆਂ ਪਾਉਂਦੇ ਨੇ ਅਸੀਂ ਦੇਖਿਆ ਬੋਲੀਆਂ ਉਹ ਸਾਡੀਆਂ ਹੁੰਦੀਆਂ ਨੇ ਪਰ ਉਹਨਾਂ ਦੇ ਆਪਣੇ ਲਹਿਜੇ ਚ ਪਾਈਆਂ ਹੁੰਦੀਆਂ ਨੇ ਪਰ ਉਹਨਾਂ ਦੇ ਜਿਹੜੇ ਰੀਤੀ ਰਿਵਾਜ ਨੇ ਉਹਨਾਂ ਦੇ ਵਿਆਹਾਂ ਸ਼ਾਦੀਆਂ ਕਰਨ ਦੇ ਢੰਗ ਨੇ ਉਹਨਾਂ ਵਿੱਚ ਬਹੁਤ ਵੱਡਾ ਵਿਖਰੇਵਾਂ ਗਾ ਅਸੀਂ ਉਹ ਵੇਖਿਆ ਕਾਫੀ ਕੁੱਝ ਉੱਥੋਂ ਅਸੀਂ ਨੋਟ ਕਰਿਆ ਤੇ ਜਿਵੇਂ ਜੇ ਮੰਨ ਲਓ ਵੀ ਜੇ ਜੰਜ ਚੜ੍ਹਦੀ ਹੈ ਤਾਂ ਉਹ ਪਿੰਡ ਦੇ ਵਿੱਚ ਉਹਨਾਂ ਦੇ ਖੇੜੇ ਵਗੈਰਾ ਬਣੇ ਹੁੰਦੇ ਨੇ ਪਿੰਡ ਦੇ ਵਿੱਚ ਘੱਟੋ ਘੱਟ 2 ਘੰਟੇ ਤੋਂ ਲੈ ਕੇ 1.5-2 ਘੰਟੇ ਉਹ ਪਿੰਡ ਦਾ ਚੱਕਰ ਲਗਾਉਂਦੇ ਨੇ ਪਿੰਡ ਦੇ ਵਿੱਚ ਕੋਈ ਧਾਰਮਿਕ ਜਗ੍ਹਾਵਾਂ ਬਣੀਆਂ ਹੁੰਦੇ ਨੇ ਉਹਨਾਂ ਉੱਤੇ ਨਤਮਸਤਕ ਹੁੰਦੇ ਨੇ ਉਹਨਾਂ ਦਾ ਲਾੜਾ ਫਿਰ ਉੱਥੇ ਜਿਵੇਂ ਅਸੀਂ ਜਾਂਦੇ ਹਾਂ ਆਪਣੇ ਸਾਡੇ ਮਾਲਵੇ ਦੇ ਵਿੱਚ ਲਾ ਲਓ ਜਾਂ ਮਾਝੇ ਦੁਆਬੇ ਦੇ ਵਿੱਚ ਇੱਕ ਰਿਵਾਜ ਹੁੰਦਾ ਵੀ ਜਦੋਂ ਕੋਈ ਮੁੰਡੇ ਨੂੰ ਸਲਾਮੀ ਕਹਿ ਦਿੰਦੇ ਹਾਂ ਅਸੀਂ ਉਹਨੂੰ ਤੇ ਉਹ ਘਰਾਂ ਦੇ ਵਿੱਚ ਦੇ ਕੇ ਜਾਂਦੇ ਨੇ ਹਨਾ ਪਰ ਉੱਥੇ ਅਸੀਂ ਦੇਖਿਆ ਜਦੋਂ ਲਾੜਾ ਜੰਜ ਚੜ੍ਹ ਰਿਹਾ ਹੁੰਦਾ ਉਹ ਗਲੀ ਵਿੱਚ ਜਾ ਰਿਹਾ ਹੁੰਦਾ ਤਾਂ ਲੋਕ ਆਪੋ ਆਪਣੇ ਦਰਵਾਜ਼ਿਆਂ ਵਿੱਚ ਖੜ ਕੇ ਉਹਨੂੰ ਸ਼ਗਨ ਦੇ ਰਹੇ ਹੁੰਦੇ ਨੇ ਹਨਾ ਉਹਨੂੰ ਸਲਾਮੀ ਇੱਕ ਝੋਲਾ ਜਾਂ ਪ੍ਰਾਂਤ ਚੱਕੀ ਹੁੰਦੀ ਆ ਉਹਦੇ ਵਿੱਚ ਪਾ ਰਹੇ ਹੁੰਦੇ ਨੇ ਦੂਸਰੀ ਗੱਲ ਤੇ ਜਦੋਂ ਮੁੰਡਾ ਜੰਜ ਚੜ੍ਹ ਰਿਹਾ ਹੁੰਦਾ ਤਾਂ ਉਹਦੀਆਂ ਭੈਣਾਂ ਚੌਲ ਸਿੱਟਦੀਆਂ ਹੁੰਦੀਆਂ ਨੇ ਉੱਪਰ ਦੀ ਜੰਜ ਚੜ੍ਹ ਰਿਹਾ ਹੁੰਦਾ ਭੈਣਾਂ ਦੇ ਹੱਥਾਂ ਦੇ ਚੌਲ ਹੁੰਦੇ ਨੇ ਉੱਤੋਂ ਦੀ ਸਿੱਟ ਰਹੀਆਂ ਹੁੰਦੀਆਂ ਨੇ ਉਹ ਤੇ ਬਹੁਤ ਸਾਰੇ ਏਦਾਂ ਦੇ ਵਖਰੇਵੇਂ ਕਾਫੀ ਨੇ ਜਿਹੜੇ ਮੈਂ ਉਹਨਾਂ ਦੇ ਵਿੱਚ ਦੇਖਿਆ ਉਹਨਾਂ ਦੇ ਮੈਨੂੰ ਲੱਗਦਾ ਕਿ ਤੁਹਾਡੇ ਕੋਲ ਇੰਨੀ ਸਾਰੀ ਜਾਣਕਾਰੀ ਇੰਨਾ ਖਜ਼ਾਨਾ ਹੈ ਉਹ ਇਸ ਇੱਕ ਪ੍ਰੋਗਰਾਮ 'ਚ ਪੂਰਾ ਨਹੀਂ ਹੋ ਸਕਦਾ ਤੇ ਅੱਜ ਬਾਕੀ ਬੜੀਆਂ ਸੋਹਣੀਆਂ ਗੱਲਾਂ ਤੁਸੀਂ ਕੀਤੀਆਂ ਨੇ ਤੇ ਜਾਂਦੇ ਜਾਂਦੇ ਕਿਉਂਕਿ ਹੁਣ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਹੋਰ ਤੇ ਅਸੀਂ ਇਹੀ ਜਾਣਨਾ ਚਾਹਾਂਗੇ ਕਿ ਤੁਹਾਡੀ ਕੋਈ ਪਸੰਦੀਦਾ ਬੋਲੀ ਜਿਹੜੀ ਤੁਹਾਨੂੰ ਪਾਉਣੀ ਬਹੁਤ ਚੰਗੀ ਲੱਗਦੀ ਹੈ ਤੇ ਸਾਹਮਣੇ ਸੁਣਨ ਵਾਲਿਆਂ ਨੂੰ ਵੀ ਬਹੁਤ ਵਧੀਆ ਲੱਗਦੀ ਆ ਇੱਕ ਤਾਂ ਉਹ ਬੋਲੀ ਔਰ ਜਾਂਦੇ ਜਾਂਦੇ ਕੋਈ ਸੁਨੇਹਾ ਕੋਈ ਸਾਂਝ ਤੁਸੀਂ ਜੀ ਕਹਿਣਾ ਚਾਹੋ ਤੇ ਬਿਲਕੁਲ ਦੱਸ ਸਕਦੇ ਹੋ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਅਰਦਾਸ ਕਰਾਂਗਾ ਸਾਰੇ ਪੂਰੀ ਮਨੁੱਖਤਾ ਦੇ ਲਈ ਵੀ ਨਵਾਂ ਸਾਲ 2021 ਦਾ ਅੱਜ ਪਹਿਲਾ ਦਿਨ ਹੈ ਤੇ ਬਾਕੀ ਦੂਸਰੇ ਕਈ ਦੇਸ਼ਾਂ ਦੇ ਵਿੱਚ ਸ਼ਾਇਦ ਕੱਲ੍ਹ ਚੜ੍ਹਨਾ ਤਾਂ ਮੈਂ ਇੱਕ ਤਾਂ ਅਰਦਾਸ ਕਰਾਂਗਾ ਕਿ ਵਾਹਿਗੁਰੂ ਹਰ ਘਰ ਦੇ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ ਸਾਰੇ ਹੱਸਦੇ ਵੱਸਦੇ ਰਹਿਣ ਆਪਣੇ ਘਰਾਂ ਦੇ ਵਿੱਚ ਆਬਾਦ ਰਹਿਣ ਸਾਰੇ ਕਿਸੇ ਨੂੰ ਕੋਈ ਗਮ ਨਾ ਆਵੇ ਤੇ ਸਾਰੇ ਖੁਸ਼ ਰਹਿਣ ਦੂਸਰਾ ਮੈਂ ਸੰਦੇਸ਼ ਦੇਣ ਜੋਗਾ ਤਾਂ ਮੈਂ ਅਜੇ ਹੈ ਨਹੀਂ ਇੱਕ ਬੇਨਤੀ ਜ਼ਰੂਰ ਕਰਾਂਗਾ ਵੀ ਸਾਰਿਆਂ ਨੂੰ ਆਪਣੇ ਪੰਜਾਬੀ ਸੱਭਿਆਚਾਰ ਦੇ ਵਿੱਚ ਰਹਿ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਚਾਹੀਦੀ ਖਾਸ ਕਰਕੇ ਆਪਣੇ ਮਾਤਾ ਪਿਤਾ ਘਰ ਦੇ ਵਡੇਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਜਿਹੜਾ ਸਾਡਾ ਸੰਯੁਕਤ ਪਰਿਵਾਰ ਨੇ ਜਾਂ ਉਹਨੂੰ ਦੁਬਾਰਾ ਜੋੜਨਾ ਚਾਹੀਦਾ ਪਰਿਵਾਰ ਦੀਆਂ ਗੱਲਾਂ ਦਾਦੇ ਪੜਦਾਦੇ ਜੋ ਜਿਹਦੇ ਘਰ ਦੇ ਵਿੱਚ ਦਾਦੇ ਪੜਦਾਦੇ ਹੈਗੇ ਨੇ ਮਾਂ ਬਾਪ ਦਾ ਸਤਿਕਾਰ ਕਰਦੇ ਹੋਏ ਉਹਨਾਂ ਤੋਂ ਆਪਣਾ ਪੁਰਾਤਨ ਸੱਭਿਆਚਾਰ ਤੋਂ ਜਾਣੂ ਹੋਣਾ ਚਾਹੀਦਾ ਤੋਂ ਆਪਣੀ ਮਾਂ ਬੋਲੀ ਦੇ ਵਿੱਚ ਰੰਗੇ ਰਹਿਣਾ ਚਾਹੀਦਾ ਦੂਸਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਇਹੀ ਮੈਂ ਬੇਨਤੀ ਹੈ ਜਿਹੜੀ ਸਾਰਿਆਂ ਦੀ ਕਰਾਂਗਾ ਵੀ ਮਾਂ ਬੋਲੀ ਨੂੰ ਸਦਾ ਆਪਾਂ ਪ੍ਰਫੁੱਲਿਤ ਕਰਦੇ ਰਹੀਏ ਆਪਣੀ ਕੋਸ਼ਿਸ਼ ਜਾਂ ਆਪਣੇ ਕਾਰਨ ਹੀ ਸਾਡੀ ਮਾਂ ਬੋਲੀ ਉਸੇ ਤਰ੍ਹਾਂ ਅਮਰ ਤੇ ਆਵਾਜ਼ ਰਹਿ ਸਕਦੀ ਹੈ ਜੀ ਸੋ ਮੈਂ ਇੱਕ ਮੇਰੀ ਮਨਪਸੰਦ ਦਾ ਮੈਂ ਗੀਤ ਜ਼ਰੂਰ ਗਾਵਾਂਗਾ ਉੱਚੇ ਕੱਤ ਦੀ ਬੇਰਾਹਾਂ ਤੱਕ ਦੀ ਵੀਰਾ ਬੇਰਾਹਾਂ ਤੱਕ ਦੀ ਵੀਰਾ ਆ ਕੇ ਮਿਲੀ ਜੋ ਹੋਵੇ ਅੰਮਾ ਜਾਹਿਓ ਅੱਜ ਨੀ ਆਉਂਦਾ ਨੀ ਕੱਲ ਨੀ ਆਉਂਦਾ ਭੈਣੇ ਨੀ ਕੱਲ ਨੀ ਆਉਂਦਾ ਭੈਣੇ ਪਰਸੋਂ ਆ ਜੂ ਨੀ
अम्मा जाइए खुला बेड़ा नी मंजा डाल पैने नी मंजा डाल पैने गल्ला करिए नी पैन पुराए निके हुंदिया दे मापे विछड़े वीरा दे मापे विछड़े वीरा आपा रुली गे बे अम्मा जाहे गलिये रुली के नी आपा पली गे पैने नी आपा पली गे पैने चेते ना लियाये नी तरमी मापे पेके आ जा बे पाबो चिड़के वीरा बे पाबो चिड़के वीरा चेते आउंदे बे तरमी मापे पाबो तेरी नू नी पेके तोरा पैने नी पेके तोरा पैने तई तो बारा नी जिंदी आपे तेरा बसदा बे करीना टूटी जे वीरा बे करीना टूटी जे वीरा सानू मिली जी बे सोरे आके बे सोरे आके क्या बात है जी। सो ये लोक गीत गाने इन्ने सौखे नहीं, पर वाकई तुसी बहुत खूबसूरती दे नाल इसनु निभा लैंदे हो। और अज जुग दी गल्लां जो जज्बात बोलियां तुसी सांझियां कीतियां उहदे लई असीं तुहाडा बहुत बहुत धन्नवाद करदे हां। पाल जी साडे नाल जुड़न दे लई अगे वी फिर प्रोग्रामां दे विच सांझ पाउंदे रहांगे। सो बहुत बहुत शुक्रिया जी, धन्यवाद जी, बहुत सारा प्यार सत्कार, सत श्री अकाल जी। सत श्री अकाल जी।